ਨਾਭਾ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਖਤਮ ਹੋਣ ਦੀ ਕਗਾਰ 'ਤੇ ਹੈ। ਸਰਕਾਰਾਂ ਪਾਣੀ ਦੇ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹਨ। ਰਾਜੇਵਾਲ ਨੇ ਕਿਹਾ ਕਿ ਜੇਕਰ ਹੁਣ ਵੀ ਪਾਣੀ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਉਜਾੜੇ ਵੱਲ ਚਲਾ ਜਾਵੇਗਾ। ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਖਰਾਬ ਨਾ ਕਰਨ ਅਤੇ ਨਾਲ ਹੀ ਲੋਕਾਂ ਅਤੇ ਫੈਕਟਰੀ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਦੀ ਕਦਰ ਕਰਨ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਕੁਦਰਤ ਆਪਣਾ ਰੋਲ ਪਲੇ ਕਰਦੀ ਹੈ ਅਤੇ ਜਦੋਂ ਕੋਈ ਮੋਰਚਾ ਲੱਗਣਾ ਕੁਦਰਤ ਵਾਲੇ ਨੇ ਰੋਣਾ ਉਦੋਂ ਲੱਗਣਾ। ਅਤੇ ਅਸੀਂ ਤਾਂ 1 ਸਾਲ ਪਹਿਲਾਂ ਤੋਂ ਇਹਦੀ ਤਿਆਰੀ ਕਰ ਰਹੇ ਹਾਂ, ਪਾਣੀ ਦੇ ਮੁੱਦੇ ਨੂੰ ਸਟੱਡੀ ਕੀਤਾ। ਬਹੁਤ ਪੰਜਾਬ ਦੀ ਸਥਿਤੀ ਗੰਭੀਰ ਹੈ ਅਤੇ ਪੰਜਾਬ ਦਾ ਪਾਣੀ ਬਹੁਤ ਸਪੀਡ ਨਾਲ ਖਤਮ ਹੋ ਰਿਹਾ ਅਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਧਿਆਨ ਕਰਨਾ ਪਏਗਾ। ਇੱਕ ਤਾਂ ਕਿਸਾਨਾਂ ਨੂੰ ਇਹ ਖਿਆਲ ਰੱਖਣਾ ਪਏਗਾ, ਜਿਹੜਾ ਗਰਮੀ 'ਚ ਕਹਿੰਦੇ ਨਾ ਧਰਤੀ ਠੰਡੀ ਕਰਨ ਵਾਸਤੇ ਮੋਟਰ ਚਲਾਈ ਹੈ, ਫਸਲ ਕੋਈ ਹੁੰਦੀ ਨਹੀਂ, ਇਹ ਬੰਦ ਕਰਨਾ ਪਏਗਾ। ਅਤੇ ਜਿਹੜੇ ਨਹਾਉਣ ਵੇਲੇ 6-6 ਬਾਲਟੀਆਂ ਡੋਲ ਦਿੰਦੇ ਨੇ ਉਹਨਾਂ ਨੂੰ ਵੀ ਦੇਖਣਾ ਪਏਗਾ, ਇੰਡਸਟਰੀ ਨੂੰ ਵੀ ਦੇਖਣਾ ਪਏਗਾ, ਘਰੇਲੂ ਕੰਜ਼ਮਸ਼ਨ ਨੂੰ ਵੀ ਦੇਖਣਾ ਪਏਗਾ। ਅਤੇ ਹਰ ਸੈਕਟਰ ਦੇ ਵਿੱਚ ਪਾਣੀ ਦੀ ਬੱਚਤ ਕਰਨ ਵਾਸਤੇ ਸਰਕਾਰ ਨੂੰ ਕੋਈ ਉਪਰਾਲੇ ਕਰਨੇ ਚਾਹੀਦੇ ਆ। ਸਾਡੇ ਕੋਲ ਬਹੁਤਾ ਪਾਣੀ ਨਹੀਂ ਰਿਹਾ, ਬਹੁਤ ਸਪੀਡ ਨਾਲ ਪਾਣੀ ਖਤਮ ਹੋ ਰਿਹਾ ਅਤੇ ਜੇ ਪਾਣੀ ਨਾ ਰਿਹਾ ਤਾਂ ਪੰਜਾਬ ਨਹੀਂ ਬਚਣਾ। ਦੂਜੀ ਗੱਲ, ਜਿੱਥੇ ਤੱਕ ਪਾਣੀਆਂ ਦਾ ਜਿਹੜਾ ਸਾਨੂੰ ਕੁਦਰਤ ਨੇ ਬਖਸ਼ਿਆ ਸੋਮਾ, ਉਹਦੀ ਲੁੱਟ ਬੜੀ ਜ਼ਬਰਦਸਤ ਹੋਈ ਆ। ਹੁਣ ਤੱਕ ਕਿਸੇ ਪੋਲੀਟੀਕਲ ਲੀਡਰ ਨੇ ਉਹਨੂੰ ਸੰਵਿਧਾਨ ਦੀ ਰੂਹ ਨਾਲ ਕਦੇ ਪੰਜਾਬ ਦੇ ਕੇਸ ਨੂੰ ਡਿਸਕਸ ਹੀ ਨਹੀਂ ਕੀਤਾ, ਨਾ ਪਲੀਡ ਕੀਤਾ ਸੈਂਟਰ ਦੇ ਅੱਗੇ। ਪਾਣੀ ਸਟੇਟ ਸਬਜੈਕਟ ਹੈ, 17 ਨੰਬਰ 'ਤੇ ਦਰਜ ਹੈ ਸਟੇਟ ਲਿਸਟ ਵਿੱਚ। ਇਹਦਾ ਮਤਲਬ ਸੈਂਟਰ ਇਹਦੇ 'ਚ ਦਖਲ ਨਹੀਂ ਦੇ ਸਕਦਾ, ਸਿਰਫ ਅਤੇ ਸਿਰਫ ਪਾਣੀ ਦੇ ਮਾਲਕ ਅਸੀਂ ਹਾਂ। ਦੂਜੀ ਗੱਲ, ਪਾਣੀ ਸਾਡੇ ਦਰਿਆ ਜਿਹੜੇ ਨੇ ਉਹ ਇੰਟਰਸਟੇਟ ਰਿਵਰਸ ਨਹੀਂ, ਇੰਟਰਸਟੇਟ ਰਿਵਰ ਜਿੱਥੇ ਨਾ ਹੋਣ ਉੱਥੇ ਨਾ ਸੈਂਟਰ ਨਾ ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦਾ। ਸਾਡੇ ਨਾਲ ਜਿਹੜੇ ਤਿੰਨੇ ਦਰਿਆ ਨੇ ਇਹਨਾਂ ਦੇ ਵਿੱਚ ਕੋਈ ਵੀ ਰਾਈਪੇਰੀਅਨ ਸਟੇਟ ਨਹੀਂ। ਜੇ ਰਾਈਪੇਰੀਅਨ ਸਟੇਟ ਨਹੀਂ ਤਾਂ ਕਿਸੇ ਦਾ ਹੱਕ ਨਹੀਂ। ਜਿਹੜੇ ਸਮਝੌਤੇ ਹੋਏ ਆ ਅੱਜ ਤੱਕ ਉਹ ਸਾਰੇ ਅਨਕੰਸਟੀਟਿਊਸ਼ਨਲ, ਸਾਡੇ ਲੀਡਰਸ਼ਿਪ ਦੀ ਕਮਜ਼ੋਰੀ ਨੂੰ ਜ਼ਾਹਰ ਕਰਦੀਆਂ। ਜਦੋਂ ਕੋਈ ਸਮਝੌਤਾ ਹੋਇਆ ਉਸ ਵੇਲੇ ਦੀ ਜਿਹੜੀ ਲੀਡਰਸ਼ਿਪ ਰਹੀ ਉਹਨੇ ਅੱਖਾਂ ਮੀਚ ਕੇ ਦਸਖਤ ਕੀਤੇ, ਆਪਣੀ ਕੁਰਸੀ ਬਚਾਉਣ ਲਈ ਕੀਤੇ ਨੇ, ਪੰਜਾਬ ਦੇ ਹਿੱਤ ਉਹਨੇ ਕੁਰਬਾਨ ਕਰ ਦਿੱਤੇ। ਜੇ ਹੁਣ ਵੀ ਨਾ ਸੰਭਲੇ ਤਾਂ ਜਿਹੜਾ ਜੋ ਮਾੜਾ ਮੋਟਾ ਬਚਦਾ ਪਾਣੀ ਇਹ ਵੀ ਨਹੀਂ ਰਹਿਣਾ ਅਤੇ ਫਿਰ ਪੰਜਾਬ ਪੰਜਾਬ ਨਹੀਂ ਰਹਿਣਾ। ਨਾਭਾ ਤੋਂ ਰਾਕੇਸ਼ ਜਿੰਦਲ ਦੀ ਰਿਪੋਰਟ, ਯੁਗਮਾਰਕ TV।